ਕਿ ਮੁਲਾਜ਼ਮ ਜਿਹੜੇ ਆ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਤੇ ਜਿਹੜੇ ਵੀ ਮੁਲਾਜ਼ਮ ਰੱਖਣੇ ਆ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਕੋਈ ਵੀ ਮੁਲਾਜ਼ਮ ਜਿਹੜਾ ਉਹ ਧਰਨੇ ਮੁਜ਼ਾਹਰਿਆਂ ਤੇ ਹੜਤਾਲਾਂ ਦੇ ਉੱਤੇ ਆਪਣਾ ਫੋਕਸ ਨਾ ਕਰੇ, ਉਹ ਆਮ ਲੋਕਾਂ ਨੂੰ ਜਿਹੜੀਆਂ ਸਫ਼ਰ ਸਹੂਲਤਾਂ ਦੇਣ ਦੇ ਵਿੱਚ ਤੇ ਆਪਣੀ ਡਿਊਟੀ ਇਮਾਨਦਾਰੀ ਕਰਨ ਵਾਲੇ ਪਾਸੇ ਨੂੰ ਧਿਆਨ ਦੇਵੇ ਤੇ ਲੋਕ ਵੀ ਖੱਜਲ ਨਾ ਹੋਣ ਤੇ ਮੁਲਾਜ਼ਮ ਵੀ ਖੱਜਲ ਨਾ ਹੋਣ। ਬਿਲਕੁਲ ਜੀ, ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਜਿਹੜੇ ਮਾਨ ਸਾਹਿਬ ਦੇ ਬਿਆਨ ਨੇ, ਮਾਨ ਸਾਹਿਬ ਦੇ ਬਿਆਨਾਂ ਦੇ ਉਲਟ ਸਾਡਾ ਵਿਭਾਗ ਚੱਲ ਰਿਹਾ। ਪਹਿਲਾ ਬਿਆਨ ਆਇਆ ਸੀ ਭਗਵੰਤ ਮਾਨ ਜੀ ਦਾ ਕਿ ਅਸੀਂ ਆਊਟਸੋਰਸਿੰਗ ਤੋਂ ਅੱਜ ਤੋਂ ਬਾਅਦ ਕੋਈ ਵੀ ਆਊਟਸੋਰਸਿੰਗ ਦੇ ਮੁਲਾਜ਼ਮ ਨਹੀਂ ਰੱਖਾਂਗੇ। ਨਾਲ ਦੀ ਨਾਲ ਹੀ ਕੁਛ ਮਹੀਨਿਆਂ ਬਾਅਦ ਹੀ 1337 ਪੋਸਟਾਂ ਆਊਟਸੋਰਸਿੰਗ ਤੇ ਕੱਢ ਦਿੱਤੀਆਂ ਗਈਆਂ ਟਰਾਂਸਪੋਰਟ ਵਿਭਾਗ ਦੇ ਵਿੱਚ, ਪਣਬੱਸ 'ਚ, ਤੇ ਉਸ ਤੋਂ ਪਹਿਲਾਂ PRTC ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹ ਰੱਖ ਦਿੱਤੇ ਗਏ ਕਿ PRTC ਦੇ ਵਿੱਚ ਵੀ ਆਊਟਸੋਰਸਿੰਗ ਦੇ ਭਰਤੀ ਕਰ ਰਹੇ ਗਏ। ਹੁਣ ਦੂਸਰਾ ਬਿਆਨ ਆਇਆ ਸੀ ਮਾਨ ਸਾਹਿਬ ਦਾ ਕਿ ਠੇਕੇਦਾਰ ਜਿਹੜੇ ਆ ਉਹ ਬਾਹਰ ਕੱਢਾਂਗੇ ਵਿਚੋਲੇ, ਤੇ ਉਹਦੇ ਉਲਟ ਨਾਲ ਦੀ ਨਾਲ ਹੀ ਚੱਲਦੀ ਵਿਧਾਨ ਸਭਾ ਦੇ ਵਿੱਚ ਹੀ ਇੱਕ ਲੈਟਰ ਰਿਲੀਜ਼ ਹੋ ਗਿਆ ਜਿਹਦੇ ਵਿੱਚ ਠੇਕੇਦਾਰ ਜਿਹੜੇ ਉਹ ਦੋ ਦੀ ਬਜਾਏ ਸਾਡੇ ਕੋਲ ਤਿੰਨ ਕਰ ਦਿੱਤੇ ਗਏ, 6-6 ਡੀਪੂ ਵੰਡ ਦਿੱਤੇ ਗਏ। ਪਹਿਲਾਂ ਇੱਕ ਡਰਾਈਵਰਾਂ ਕਨੈਕਟਰਾਂ ਦਾ ਤੇ ਵਰਕਸ਼ਾਪ ਦਾ ਠੇਕੇਦਾਰ ਵੱਖਰਾ, ਉਹ ਡਰਾਈਵਰਾਂ ਕਨੈਕਟਰਾਂ ਦਾ ਵਰਕਸ਼ਾਪ ਦਾ ਜਿਹੜਾ ਠੇਕੇਦਾਰ ਉਹ ਵੱਖਰਾ ਵੱਖਰਾ ਸੀ, ਪਰ ਹੁਣ ਕੀ ਕਰ ਦਿੱਤਾ ਗਿਆ ਕਿ ਠੇਕੇਦਾਰ ਤਿੰਨ ਕਰ ਦਿੱਤੇ ਗਏ, ਡਰਾਈਵਰਾਂ ਕਨੈਕਟਰਾਂ ਦੇ ਉੱਪਰ ਵੀ ਤਿੰਨ ਠੇਕੇਦਾਰ ਲਾ ਕੇ 6-6 ਡੀਪੂ ਵੰਡ ਦਿੱਤੇ ਗਏ। ਸੋ ਕਹਿਣ ਤੋਂ ਭਾਵ ਕਿ ਜੋ ਵੀ ਮਾਨ ਸਾਹਿਬ ਬਿਆਨ ਦਿੰਦੇ ਨੇ ਸਾਡੇ ਵਿਭਾਗ ਦੇ ਵਿੱਚ ਬਿਲਕੁਲ ਉਸਦੇ ਉਲਟ ਹੋ ਰਿਹਾ। ਅਸੀਂ ਵਾਰ ਵਾਰ ਰਾਬਤਾ ਕਾਇਮ ਕਰ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਸਾਨੂੰ ਮਜਬੂਰੀ 'ਚ ਹੜਤਾਲ ਜਾਂ ਧਰਨੇ ਮੁਜ਼ਾਹਰਿਆਂ ਵਰਗੇ ਪ੍ਰੋਗਰਾਮਾਂ ਵੱਲ ਜਾਣਾ ਪੈ ਰਿਹਾ। ਅਗਲਾ ਪ੍ਰੋਗਰਾਮ 15 ਤਰੀਕ ਨੂੰ ਗੇਟ ਰੈਲੀਆਂ ਕਰਾਂਗੇ ਪੂਰੇ ਪੰਜਾਬ ਦੇ ਵਿੱਚ, ਜਿੱਥੇ ਜਿੱਥੇ ਸਾਡੇ ਬੱਸ ਸਟੈਂਡ ਦੇ ਡਿਪੂ ਨੇ, ਉਸ ਤੋਂ ਬਾਅਦ ਜਿਹੜਾ ਮਾਨ ਸਾਹਿਬ ਦੇ ਹਲਕੇ ਦੇ ਵਿੱਚ ਉਹਨਾਂ ਦੇ ਜਿੱਥੇ ਰਹਿਸ਼ ਆ ਸਰੂਰ ਵਿਖੇ, ਉੱਥੇ ਸਾਡਾ ਜਿਹੜਾ ਰੋਸ ਧਰਨਾ ਸ਼ੁਰੂ ਕਰਾਂਗੇ ਅਸੀਂ 18 ਤਰੀਕ ਤੋਂ। 18 ਮਾਰਚ ਤੋਂ ਰੋਸ ਧਰਨਾ ਸ਼ੁਰੂ ਹੋਏਗਾ, ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਰੋਸ ਧਰਨਾ ਨਿਰੰਤਰ ਲਗਾਤਾਰ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ। ਜੇਕਰ ਫਿਰ ਵੀ ਸਰਕਾਰ ਕੋਈ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਜਾਂ ਕੋਈ ਸਰਕਾਰ ਵਧਮਾ ਐਕਸ਼ਨ ਲੈ ਕੇ ਆਉਂਦੀ, ਸਾਡੇ ਦੇ ਕੋਲ ਲਾਠੀਚਾਰਜ ਜਾਂ ਕੋਈ ਇਹੋ ਜਿਹੀ ਗੱਲ ਆਏਗੀ ਤਾਂ ਫਿਰ ਸਾਨੂੰ ਮਜਬੂਰੀ ਦੇ ਵਿੱਚ ਹੜਤਾਲ ਜਾਂ ਰੋਡ ਬਲੋਕ ਕਰਨ ਵਾਲੇ ਵੀ ਪ੍ਰੋਗਰਾਮ ਵੀ ਕਰਨੇ ਪੈਣਗੇ। ਉਸਦਾ ਅਸੀਂ ਬਕਾਇਦਾ ਵਿਭਾਗ ਨੂੰ ਨੋਟਿਸ ਭੇਜ ਚੁੱਕੇ ਹਾਂ।